ਹਾਂਜੀ, ਮੈਂ ਹਾਦਲ ਜਮਾਲ, ਤੁਸੀਂ ਦੇਖ ਰਹੇ ਹੋ ਬੀਸੀਟੀ ਪੰਜਾਬੀ। ਅਤੇ ਲਓ ਜੀ, ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਜੀ ਰਿਲੇਟਿਡ ਪਿਛਲੀ ਵੀਡੀਓ ਦੇ ਨਾਲ, ਅਤੇ ਉਹਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਲਈ ਲਿੰਕ ਵੀ ਛੱਡਾਂਗਾ। ਅਤੇ ਵਿਬਫੋਲੀਓ ਤੁਹਾਡਾ ਜਿਹੜਾ ਇਹ ਫੋਰਮ ਹੈ, ਜਿਹੜਾ ਮੋਡਿਊਲ ਹੋਇਆ, ਇਹ ਕਿੱਥੋਂ ਡਾਊਨਲੋਡ ਹੋਣਾ ਹੈ ਉਹਦੇ ਵਿੱਚ ਡਿਟੇਲ ਹੈ, ਆਰਾਮ ਦੇ ਨਾਲ ਤੁਸੀਂ ਦੇਖ ਸਕਦੇ ਹੋ। ਹਰ ਕਮੂਨੇ ਦਾ ਡਾਊਨਲੋਡ ਕਰਨ ਦਾ ਫੋਰਮ ਜਿਹੜਾ ਆਪਣੀ ਜਗ੍ਹਾ ਹੁੰਦੀ ਹੈ, ਯਾਨੀ ਕਿ ਆਪਣੀ ਵੈਬਸਾਈਟ ਹੈ, ਹਰ ਕਮੂਨੇ ਦੀ ਆਪਣੀ ਵੈਬਸਾਈਟ ਹੈ, ਜਿਹਦੇ ਤੋਂ ਤੁਸੀਂ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਕਮੂਨੇ ਦੀ ਅਪਡੇਟ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ। ਜੇ ਕੋਈ ਨਵੀਂ ਨਿਊਜ਼ ਹੋਵੇ, ਕੋਈ ਜੇ ਕੋਈ ਨਵਾਂ ਬੋਨਸ ਵਗੈਰਾ ਹੋਵੇ, ਤਾਂ ਉਹ ਆਪਣੇ ਕਮੂਨੇ ਦੀ ਓਫਿਸ਼ੀਅਲ ਵੈਬਸਾਈਟ ਦੇ ਉੱਤੇ ਅਪਲੋਡ ਕਰਦੇ ਨੇ। ਇਸ ਕਰਕੇ ਆਪਣੇ ਕਮੂਨੇ ਦੀ ਓਫਿਸ਼ੀਅਲ ਵੈਬਸਾਈਟ 'ਤੇ ਦਾ ਧਿਆਨ ਰੱਖਣਾ ਚਾਹੀਦਾ। ਅਤੇ ਅਸੀਂ ਫਿਲ ਕਰਨ ਦਾ ਤਰੀਕਾ ਦੇਖਾਂਗੇ, ਸਮਝਾਂਗੇ ਕਿ ਇਸ ਨੂੰ ਫਿਲ ਕਿਵੇਂ ਕਰਨਾ ਹੈ, ਜਿਹੜਾ ਕਿ ਇਹ ਮੋਡਿਊਲ ਹੋਇਆ। ਅਤੇ ਇਹ ਫਿਲ ਕਰਾਂਗੇ ਤਾਂ ਸਾਨੂੰ ਪੈਸੇ ਕਿੰਨੇ ਆਉਣਗੇ? ਦੇਖੋ, ਪੈਸੇ ਜਿਹੜੇ ਨੇ, ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ, ਨੋਰਮਲੀ 300 ਯੂਰੋ ਦਾ ਬੋਨਸ ਹੈ, ਲੇਕਿਨ 300 ਤੋਂ ਤੁਹਾਨੂੰ ਵੱਧ ਵੀ ਆ ਸਕਦੇ ਨੇ। ਕਿਉਂ ਆ ਸਕਦੇ ਨੇ ਵੱਧ? ਕਿਉਂਕਿ ਡਿਪੈਂਡ ਕਰਦਾ ਤੁਹਾਡੇ ਫੈਮਿਲੀ ਮੈਂਬਰ ਕਿੰਨੇ ਨੇ। ਮੰਨ ਲਓ ਕਿ ਇੱਕ ਬੰਦਾ ਘਰ ਦਾ ਇੱਕ ਇਕੱਲਾ ਹੀ ਹੈ, ਉਹਨੂੰ ਵੀ 300 ਆਵੇ, ਤਾਂ ਇੱਕ ਬੰਦੇ, ਇੱਕ ਫੈਮਿਲੀ ਦੇ ਬੰਦੇ ਹੈਗੇ ਨੇ 5, ਉਹਨੂੰ ਵੀ 300 ਆਵੇ ਤਾਂ ਜ਼ਿਆਦਾ ਨਾ ਹੋਵੇਗੀ। ਡਿਪੈਂਡ ਕਰਦਾ ਕਮੂਨੋ ਕਮੂਨੇ 'ਤੇ ਵੀ, ਕੋਈ ਕਮੂਨੇ ਮੁਮਕਿਨ ਹੈ ਮੈਕਸੀਮਮ 3 ਦਿਨ ਦੇ, 300 ਦਿਨ ਦੇ ਹੋਣ, ਲੇਕਿਨ ਕੁਝ ਕਮੂਨੇ ਨੇ ਜਿਹੜੇ ਕਿ ਮੈਕਸੀਮਮ 500 ਯੂਰੋ ਤੱਕ, 400 ਵੀ ਦੇ ਸਕਦੇ ਨੇ। ਡਿਪੈਂਡ ਕਰਦਾ ਕਮੂਨੇ ਕਮੂਨੇ ਦਾ, ਡਿਪੈਂਡ ਕਰਦਾ ਫੈਮਿਲੀ ਮੈਂਬਰਾਂ ਦੇ। ਅਤੇ ਜਿਵੇਂ ਕਿ ਕਮੂਨੇ ਦੇ ਰੋਮਾ ਹੈ, ਇਹ ਤੁਹਾਨੂੰ 300 ਯੂਰੋ, 1 ਤੋਂ 2 ਫੈਮਿਲੀ ਮੈਂਬਰ, 3 ਤੋਂ 4 ਫੈਮਿਲੀ ਮੈਂਬਰ, 400, 4 ਤੋਂ 5 ਫੈਮਿਲੀ ਮੈਂਬਰ ਹੋਏ ਤਾਂ 500 ਯੂਰੋ ਤੱਕ ਦੇਖ ਸਕਦੇ ਹੈ। ਅਤੇ ਔਰ ਇਹਦੀ ਤੁਸੀਂ ਪਲੱਸ ਜਦ ਓਫਿਸ਼ੀਅਲ ਵੈਬਸਾਈਟ 'ਤੇ ਜਾਓਗੇ, ਜਦ ਇਹਦੇ ਬਾਰੇ ਪੜ੍ਹਨਾ ਹੈ, ਜਿਹੜਾ ਫੋਲੀਓ ਡਾਊਨਲੋਡ ਕਰਨਾ ਹੈ, ਤਾਂ ਤੁਸੀਂ ਧਿਆਨ ਕਰਨਾ ਹੈ ਕਿ ਫੋਕਸ ਕਰਨਾ ਕਿ ਇਹਦੀ ਐਕਸਪਾਇਰੀ ਡੇਟ ਕਿਹੜੀ ਹੈ, ਕਿ ਆਖਰੀ ਡੇਟ ਕਿਹੜੀ ਤੱਕ ਤੁਸੀਂ ਇਹ ਦਮੰਦਾ ਕਰ ਸਕਦੇ। ਅਤੇ ਇਹ ਜਿਹੜਾ ਮੋਡਿਊਲ ਹੋਇਆ ਕਿਵੇਂ ਫਿਲ ਕਰਨਾ ਹੈ? ਸਭ ਤੋਂ ਉੱਤੇ ਅਤੇ ਅਲਮਿੰਚੀ ਪਿਓ, ਜਿਹੜਾ ਕਮੂਨੇ ਵਗੈਰਾ, ਉਹਦਾ ਨਾਂ ਲਿਖਣਾ ਹੈ। ਅੱਗੇ ਮੇਲ ਵਗੈਰਾ ਲਿਖਣੀ ਜਿਹਦੇ ਤੁਸੀਂ ਭੇਜਣਾ ਹੈ, ਅਤੇ ਇੱਕ ਕਮੂਨੇ ਦਰੋਮਾ ਦਾ ਲਿਖਿਆ ਅੱਗੇ, ਅਤੇ ਇੱਥੇ ਲਿਖਣਾ ਸੋਤੋ ਸਕ੍ਰੀ ਤੋਂ ਵੀ ਤੁਸੀਂ ਆਪਣਾ ਨਾਮ ਲਿਖਣਾ, ਨਾ ਨਾਮੇ ਕਨੇਮੇ, ਨਾ ਤੋਂ ਜਿਵੇਂ ਕਿ ਤੁਸੀਂ ਪੈਦਾ ਹੋਏ ਹੋ ਕਿੱਥੇ, ਠੀਕ ਹੈ, ਯਾਨੀ ਕਿ ਮੰਨ ਲਓ ਕਿ ਤੁਸੀਂ ਇੰਡੀਆ ਪੈਦਾ ਹੋਏ ਹੋ, ਚੰਡੀਗੜ੍ਹ, ਪਾਕਿਸਤਾਨ, ਗੁਜਰਾਤ, ਅਤੇ ਅੱਗੇ ਇੰਡੀਆ ਪਾਕਿਸਤਾਨ ਲਿਖਿਆ। ਇੱਥੇ ਇਲ, ਇਲ ਦਾ ਮਤਲਬ ਹੁੰਦਾ ਡੇਟ ਆਫ ਬਰਥ, ਜਿਹੜੀ ਡੇਟ ਲਿਖਣੀ ਹੈ ਇੱਥੇ। ਅੱਗੇ ਕੁਝ ਫਿਸਕਾਲੇ ਲਿਖ ਦੇਣਾ, ਅੱਗੇ ਰੈਜ਼ੀਡੈਂਸ ਹੋ, ਜਿੱਥੇ ਤੁਸੀਂ ਰਿਹਾਇਸ਼ੀ ਪਤਾ ਹੈ ਤੁਹਾਡਾ, ਜਿੱਥੇ ਤੁਸੀਂ ਰਹਿ ਰਹੇ ਹੋ ਇਟਲੀ ਦੇ ਵਿੱਚ, ਕਿਹੜੇ ਸ਼ਹਿਰ ਰਹਿ ਰਹੇ ਹੋ, ਰੋਮਾ ਰਹਿ ਰਹੇ ਹੋ, ਮਿਲਾਨ ਰਹਿ ਰਹੇ ਹੋ, ਤੋਰੀਨੋ ਰਹਿ ਰਹੇ ਹੋ। ਅੱਗੇ ਵੀਆ ਲਿਖ ਦੇਣੀ ਹੈ, ਵੀਆ ਅਮੀਕਾਨ ਜੁਲਰੀਚੀ ਫਲਾਂ ਫਲਾਂ ਫਲਾਂ, ਜਾਂ ਵੀਆ ਰੋਮਾ। ਇੱਥੇ ਨੰਬਰ ਟੈਲੀਫੋਨ ਕੋਈ ਚੱਲ ਰਹਾ ਰਹੇ, ਘਰ ਦਾ ਨੰਬਰ ਜਾਂ ਟੈਲੀਫੋਨ ਨੰਬਰ ਚੱਲ ਰਹਾ ਰਹੇ, ਔਰ ਈਮੇਲ ਵਗੈਰਾ, ਇਹ ਲਿਖ ਕੇ ਇਹਦੇ ਤੋਂ ਅੱਗੇ ਤੁਸੀਂ ਆਉਣਾ ਨੈਕਸਟ, ਇਹ ਕਿਹਦੇ ਵੀ ਕਿਹਦੇ ਲਈ ਤੁਸੀਂ, ਯਾਨੀ ਕਿ ਕਿਹਦੇ ਸਿਰ 'ਤੇ ਤੁਸੀਂ ਕਰਨਾ ਇਹ ਦਮੰਦਾ। ਅਤੇ ਜੇ ਤਾਂ ਤੁਸੀਂ, ਜੇ ਤੁਸੀਂ ਮੰਨ ਲਓ ਕਿ ਤੁਹਾਡੇ ਵਾਲਦ ਸਾਹਿਬ ਜਾਂ ਕਿਸੇ ਦੇ ਮੰਮੀ ਪਾਪਾ ਹੈ ਨੇ, ਜਿਹੜੇ ਕਿ ਇੱਥੇ ਨੇ, ਉਹਨਾਂ ਦੇ ਸਿਰ 'ਤੇ ਤੁਸੀਂ ਕਰਨਾ ਹੈ, ਤਾਂ ਇਹ ਲਿਖਣਾ ਇਨ ਨੋਮੇ ਪਰ ਕੌਨ ਤੋਂ ਦੀ, ਕਿਹਦੇ ਨਾਂ ਦੇ ਉੱਤੇ, ਜਿਹੜਾ ਨੋਮੇ ਪਰ ਕੌਨ ਤੋਂ ਹੈ। ਇਹ ਤੁਸੀਂ ਆਪਣੇ ਵਾਲਦ ਦਾ ਨਾਮ ਲਿਖ ਸਕਦੇ ਹੋ, ਬਾਪ ਦਾ ਨਾਮ ਲਿਖ ਸਕਦੇ ਹੋ, ਉਹਨਾਂ ਦਾ ਫਿਰ ਡੇਟ ਆਫ ਬਰਥ, ਇਸੇ ਤਰ੍ਹਾਂ ਹੀ, ਔਰ ਕਿਹੜੀ ਤਰੀਕ ਨੂੰ ਪੈਦਾ ਹੋਏ ਨੇ, ਕੁਝ ਫਿਸਕਾਲੇ ਹੋਵੇਗਾ, ਰੈਜ਼ੀਡੈਂਸ ਹੋਵੇਗਾ, ਵੀਆ ਹੋਵੇਗੀ, ਔਰ ਸਾਰੀ ਇਹ ਡਿਟੇਲ ਹੋਵੇਗੀ। ਅੱਗੇ ਆ ਜਾਣਾ ਤੁਸੀਂ, ਅੱਗੇ ਕੁਝ ਚੀਜ਼ਾਂ ਦੱਸੀਆਂ ਨੇ ਕਿ ਜੇ ਤੁਸੀਂ ਇਹ ਦਿੱਕੇ ਰਾਰੇ ਕਰਾਉਣਾ, ਦਿੱਕੇ ਰਾਰੇ ਕਰਨਾ ਕਿ ਕਿਹੜੀ ਤੁਸੀਂ ਕਨਵੇ ਕੇ ਅਸੀਂ ਫਿਲ, ਅਸੀਂ ਬੇਸਿਕਲੀ ਇਹ ਚੌਥਾ ਜਿਹੜਾ ਹੈ ਵੇ, ਇਹਨੂੰ ਹੀ ਕਲਿੱਕ ਕਰਨਾ ਹੈ। ਇਹਦੇ ਵਿੱਚ ਕਹਿ ਰਹੇ ਨੇ, ਅਸੀਂ ਬਾਕੀ ਰਹਿਣ ਦਿੰਦੇ ਹਾਂ ਪੜ੍ਹਨ ਨੂੰ, ਕਿ ਇਹਦੇ ਵਿੱਚ ਚੌਥੇ ਵਿੱਚ ਲਿਖਿਆ ਹੋਇਆ, ਪਰ ਜਦੀ ਨਹੀਂ ਇਸ ਤਰ੍ਹਾਂ ਨੇਰੀ ਨੋਨ ਯੂ ਈ, ਜਿਹੜੀ ਯੂਰਪੀਅਨ ਯੂਨੀਅਨ ਦਾ ਪਾਰਟ ਨਹੀਂ ਹੈ ਬੰਦੇ, ਕਿਉਂਕਿ ਅਸੀਂ ਯੂਰਪੀਅਨ ਯੂਨੀਅਨ ਤਾਂ ਜੇ ਹੈ ਨਹੀਂ, ਤਾਂ ਚੀਤੇ ਦਿਨਾਂ ਜ਼ਿਆਦਾ, ਫਿਰ ਉਤਲਿਆਂ ਵਿੱਚ ਪੜ੍ਹਨਾ ਪੈਣਾ, ਦੇਖਣਾ ਪੈਣਾ ਤੁਹਾਨੂੰ। ਦੀ ਐਸ ਰੇ ਪ੍ਰੋਸੈਸ ਦੀ ਤੇ ਤਲਾਰੀ ਦੇ ਪ੍ਰੋਸੈਸ ਜੋ ਨੂੰ ਕੋਰਸ ਵੱਲ ਦੋ, ਔਰ ਉਹ ਪ੍ਰੋਸੈਸ ਵਿੱਚ ਹੋਣੇ ਚਾਹੀਦੇ ਨੇ, ਕੋਰਸ ਇਨ ਵੈਲਡ ਵਾਈਲਡ ਕੋਰਸ ਵਿੱਚ ਪਰਮੇਸ਼ਰ ਦੇ ਸਜ਼ੋਰ ਨੂੰ, ਯਾਨੀ ਕਿ ਜਿਹੜੇ ਗੈਰ ਮੁਲਕੀ ਨੇ ਉਹਨਾਂ ਦੀ ਸਜ਼ੋਰ ਵਾਇਲਡ ਹੋਣੀ ਚਾਹੀਦੀ ਹੈ, ਐਕਸਪਾਇਰ ਹੋਈ ਨਹੀਂ ਹੋਣੀ ਚਾਹੀਦੀ ਹੈ ਵੀ। ਅਦਰਾ ਉਤਲੇ ਵੀ ਪੜ੍ਹ ਲੈਂਦੇ ਥੋੜ੍ਹੀ ਜਿਹੀ ਨੇ, ਕਹਿੰਦੇ ਨੋਨ ਸੂ ਨੋ ਕੰਪੀਨੀਅਨ ਦੇ ਪ੍ਰੋਪੀਓ ਨਿਊਕਲੀਅਰ ਫੈਮਿਲੀ ਆ ਰਿਪ੍ਰੈਜ਼ੈਂਟਾ ਦੇ ਦਮਾਂ ਦਾ ਪ੍ਰੈਸ ਸੋਲਾ
ਅਲਤਰ ਮੁਨਸ਼ੀ ਵੀ ਰੋਮਾ ਕਪੀਤਾਲ ਵੀ ਨਹੀਂ ਕਹਿੰਦੇ ਵੀ ਕਿਸੇ ਵੀ ਰੋਮਾ ਕੈਪੀਟਲ ਦੇ ਵਿੱਚ ਹੋਰ ਕਿਤੇ ਤੁਸੀਂ ਇਹ ਦਮਾਦਾਂ ਦੇ ਨਹੀਂ ਕੀਤਾ ਹੋਇਆ ਨਹੀਂ ਪ੍ਰੇਜ਼ੀ ਕਮਿਊਨੀ ਇਟਾਲੀਆ ਨਹੀਂ ਜਾਂ ਕਿਸੇ ਹੋਰ ਕਮੂਨੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਦੋ ਕਮੂਨੇ ਵੀ ਦਮਾਦਾਂ ਕਰ ਦਿਓ ਤੁਹਾਡਾ ਦਿਲ ਆਵੇ ਧੂੰਪਲੇ ਲੱਗ ਜਾਏ ਠੀਕ ਹੈ ਦੀ ਅਵੇਰ ਰੈਜੀਡੈਂਸੀ ਮਿੰਚੀ ਵੀ ਉਹ ਕੀ ਵੈਨੀ ਇਨ ਤੋਲਰਾਂਤੀ ਪ੍ਰੈਜੈਂਟ ਰਿਕੈਸ ਤਾਂ ਕਹਿੰਦੇ ਕਿ ਜੇ ਇੱਥੇ ਤੁਸੀਂ ਰੈਜੀਡੈਂਸ ਹੋਣਾ ਚਾਹੀਦਾ ਜਿੱਥੇ ਕਿ ਤੁਸੀਂ ਦਮਾਦਾ ਕਰ ਰਹੇ ਹੋ ਅਤੇ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਕਿ ਅਵੇਰੇ ਯਾਨੀ ਕਿ ਇਹ ਨਹੀਂ ਕਿ ਰੈਜੀਡੈਂਸ ਕਿਤੇ ਹੋਵੇ ਤਾਂ ਤੁਸੀਂ ਕਿੱਥੇ ਹੋਰ ਜਗ੍ਹਾ ਦਮਾਦਾ ਕਰ ਲੱਗੇ ਹੋਏ ਦੀ ਐਸਰੇ ਇੰਪੋਸੀਬਿਲਿਟਾ ਆ ਰੀਜੁੰਜਰੇ ਲਾ ਪ੍ਰੋਪੀਓ ਰੈਜੀਡੈਂਸ ਆ ਕਹਿੰਦਾ ਨਹੀਂ ਪੋਸੀਬਲ ਹੈ ਕਿ ਜੇ ਤੁਸੀਂ ਰੈਜੀਡੈਂਸ ਕਿਸੇ ਹੋਰ ਦਾ ਹੋਵੇ ਤਾਂ ਕਿਤੇ ਹੋਰ ਦਾ ਕਿ ਤੁਸੀਂ ਕਿਤੇ ਹੋਰ ਕਰਦੇ ਹੋਵੇ ਦਮਾਦਾ ਅਤੇ ਚਤੁਰ ਦਿਨਾਂ ਦਾ ਸਰਨੇਰੀ ਜਿਹੜੇ ਨੇ ਇਹਨਾਂ ਦੇ ਲਈ ਸਜੋਰ ਨੂੰ ਜਿਹੜੀ ਹੈ ਉਹ ਕੋਰਸੋ ਦੀ ਵੈਲਿਡਿਟੀ ਵਿੱਚ ਹੋਣੀ ਚਾਹੀਦੀ ਹੈ ਅੱਗੇ ਲਓ ਜੀ ਅਗਲਾ ਜਿਹੜਾ ਦੂਸਰਾ ਪੇਜ ਹੈ ਉਹਦੇ ਵਿੱਚ ਹੈ ਕਿ ਪ੍ਰੋਪੀਓ ਨਿਊਕਲੀਅਰ ਫੈਮਿਲੀ ਆ ਰੇ ਕਨਵੀਨੀਅੰਟ ਦੀ ਕੰਪੋਜ਼ ਦਾ ਨੂਮਰੋ ਪ੍ਰੋਪਰ ਨਿਊਕਲ ਫੈਮਿਲੀ ਆ ਜਿਹੜੇ ਕਿੰਨੇ ਨੰਬਰ ਨੇ ਯਾਨੀ ਕਿ ਟੋਟਲ ਤੁਹਾਡੀ ਫੈਮਿਲੀ ਦੇ ਕਿੰਨੇ ਨੰਬਰ ਮੰਨ ਲਓ ਕਿ ਤਿੰਨ ਬੱਚੇ ਨੇ ਦੋ ਮਾਂ ਪਿਓ ਨੇ ਅਤੇ ਇਹ ਕਿੰਨੇ ਹੋ ਗਏ ਪੰਜ ਇੱਥੇ ਲਿਖ ਦੇਣਾ ਜੇ ਦੋ ਬੱਚੇ ਅਤੇ ਦੋ ਮਾਂ ਪਿਓ ਤਾਂ ਚਾਰ ਲਿਖ ਦੇਣਾ ਇੱਥੇ ਟੋਟਲ ਫਿਰ ਅੱਗੇ ਇੱਥੇ ਇੱਕ ਹੋਰ ਇੰਡੀਕੇਸ਼ਨ ਦੇਣੀ ਹੈ ਜੇ ਮਿਨੋਰੀਨੀ ਦਾ ਤਰਿਆਨੀ ਜੇ 3 ਸਾਲ ਤੋਂ ਘੱਟ ਹਨ ਮੰਨ ਲਓ ਕਿ ਤਿੰਨ ਬੱਚੇ ਨੇ ਅਤੇ ਦੋ 3 ਸਾਲ ਤੋਂ ਘੱਟ ਨੇ ਠੀਕ ਹੈ ਬੱਚੇ ਅਤੇ ਫਿਰ ਇੱਥੇ ਦੋ ਲਿਖ ਦੇਣਾ ਜਿੰਨੇ 3 ਸਾਲ ਤੋਂ ਘੱਟ ਹੋਣ ਨਾ ਤੁਹਾਡੀ ਫੈਮਿਲੀ ਵਿੱਚ ਉਹ ਇੱਥੇ ਲਿਖ ਦੇਣਾ ਜੇ ਕੋਈ ਵੀ ਨਹੀਂ 3 ਸਾਲ ਦੇ ਘੱਟ ਤਾਂ ਫਿਰ ਇੱਥੇ ਹੀ ਟੋਟਲ ਲਿਖਣਾ 4 ਨੇ 5 ਨੇ ਫੈਮਿਲੀ ਦੇ ਮੈਂਬਰ ਤਾਂ ਫਿਰ ਅੱਗੇ ਕਹਿੰਦੇ ਨੇ ਪਏ ਕਿ ਪ੍ਰਿੰਸੀਪੀ ਰਿਫੋਰਮਾ ਦੀ ਸੁਸਤਾਂਗਾ ਇਕਨੋਮਿਕ ਕੁਆਲੀ ਰੈਦੀ ਦੋ ਚਿਤਾ ਦਿਨਾਂਜ਼ਾ ਰੇਈ ਜੇ ਤੁਸੀਂ ਕਰ ਰਹੇ ਦੋ ਚਿਤਾ ਦਿਨਾਂਜ਼ਾ ਕਰ ਅਤੇ ਰੇਈ ਵਗੈਰਾ ਤੋਂ ਔਰ ਕੰਤਰੀਬਿਊਟੀ ਦੇ ਪਰ ਫੀ ਤੋਂ ਸੁਸਤੇਨ ਇਕਨੋਮਿਕ ਜੇ ਇਸ ਤਰ੍ਹਾਂ ਦਾ ਕੋਈ ਕੋਈ ਹੋਰ ਕੋਈ ਤੁਸੀਂ ਲੈਂਦੇ ਹੋ ਨਾ ਵੀ ਪੈਸੇ ਰੈਦੀ ਦੋ ਚਿਤਾ ਦਿਨਾਂਜ਼ਾ ਰੇਈ ਵਗੈਰਾ ਜਾਂ ਉਹਦਾ ਉਹਨੂੰ ਸਪੈਸੀਫਿਕ ਜਿਹੜਾ ਇੱਥੇ ਤੁਸੀਂ ਇੱਥੇ ਸਾਰੀ ਰਕਮ ਜਿਹੜੀ ਲਿਖਣੀ ਹੈ ਦਿਲ ਇੰਪੋਰਟ ਤੋਂ ਮੰਜ਼ੀਲ ਹੈ ਔਰ ਜਿਹੜੀ ਤੁਸੀਂ ਮੰਥਲੀ ਇਨਕਮ ਵਗੈਰਾ ਹੁੰਦੀ ਹੈ ਉਹ ਤੁਸੀਂ ਇੱਥੇ ਆਪਣੀ ਸ਼ੋਅ ਕਰਾਉਣੀ ਹੈ ਅੱਗੇ ਉਸ ਤੋਂ ਬਾਅਦ ਤੁਸੀਂ ਮੇਨ ਚੀਜ਼ ਦਾ ਥੱਲੇ ਆ ਜਾਓ ਕਿ ਜਿੱਦਰੋ ਵਾਰਸੀ ਸੋ ਸਿਗਵੈਂਤੀ ਕੰਡੀਸ਼ਨ ਦੀ ਬਿਜ਼ੋਨੀਆ ਕੋਜ਼ਾ ਦੀ ਸਿਤੁਏਸ਼ਨ ਦੇ ਐਮਰਜੈਂਸਾ ਇਨਾਤੋ ਦੀ COVID-19 ਵੀ ਕਿਹੜੀ ਕੰਡੀਸ਼ਨ ਵਿੱਚੋਂ ਕਿਉਂ ਤੁਹਾਨੂੰ ਲੋੜ ਹੈ ਇਸ ਦੀ ਇਹ ਤੁਸੀਂ ਇੱਥੇ ਸ਼ੋਅ ਕਰਾਉਣਾ ਕਿ ਵੀ ਕਿਉਂ ਤੁਹਾਨੂੰ ਕਰੋਨਾ ਵਾਇਰਸ ਨੇ ਕਿਵੇਂ ਤੁਹਾਨੂੰ ਇਫੈਕਟ ਕੀਤਾ ਕਿ ਤੁਹਾਡੇ ਇਹ ਤੁਹਾਨੂੰ ਪੈਸਿਆਂ ਦੀ ਲੋੜ ਹੈ ਵੀ ਪੈਰ ਦੀ ਤਾਂ ਲਵੋ ਔਰ ਇੱਥੇ ਕਲਿੱਕ ਕਰ ਸਕਦੇ ਜੇ ਤੁਹਾਡਾ ਕੰਮ ਖਤਮ ਹੋ ਗਿਆ ਇਹ ਅਲਟਰੋ ਸਪੈਸੀਫਿਕ ਆ ਰਹੇ ਔਰ ਜਾਂ ਫਿਰ ਕੁਛ ਹੋਰ ਸਪੈਸੀਫਿਕ ਮੋਟਿਵ ਹੈ ਤਾਂ ਤੁਸੀਂ ਇੱਥੇ ਇੰਡੀਕੇਟ ਕਰਨਾ ਇੱਥੇ ਤੁਸੀਂ ਲਿਖ ਕੇ ਦੇਣਾ ਦੇਣਾ ਓਕੇ ਅਤੇ ਇਹਦੇ ਤੋਂ ਇਲਾਵਾ ਲੀ ਸਿਗਵੀਤੋ ਦੀ ਰਿਚੀਪੀ ਤੋਂ ਦੀ ਕਮਿਊਨੀਕੇਸ਼ਨ ਹੈ ਦੱਸੇ ਕੰਸੀਕੁਐਂਟ ਅਤੇ ਬੋਨਿਸ ਪੇਜ਼ਾ ਤੁਹਾਨੂੰ ਇਹ ਜਿਹੜਾ ਤੁਸੀਂ ਇੱਥੇ ਐਡਰੈਸ ਦਿਓਗੇ ਇੱਥੇ ਤੁਹਾਨੂੰ ਜਿਹੜਾ ਬੋਨਿਸ ਪੇਜ਼ਾ ਹੈ ਉਹ ਤੁਹਾਨੂੰ ਇਸ ਐਡਰੈਸ 'ਤੇ ਮਿਲੇਗਾ ਜਿਹੜਾ ਤੁਸੀਂ ਇੱਥੇ ਦੇਣਾ ਵੀ ਇੱਥੇ ਲਿਖਣੀ ਹੈ ਸਕਾਲਾ ਇੰਤੇਰੋ ਕਮੂਨੇ ਦੇਖਣਾ ਇੱਥੇ ਕੱਪ ਲਿਖਣੀ ਹੈ ਕੈਪ ਕੋਡ ਹੁੰਦਾ ਨਾ ਜ਼ਿਪ ਕੋਡ ਨੰਬਰੋ ਟੈਲੀਫੋਨ ਉਹ ਲਿਖਣਾ ਅਲਤਰੋ ਨੰਬਰੋ ਕੋਈ ਹੋਰ ਨੰਬਰ ਵਗੈਰਾ ਹੋਵੇ ਤਾਂ ਉਹ ਲਿਖਣਾ ਇਹਦੇ ਤੋਂ ਬਾਅਦ ਤੁਹਾਡਾ ਫੋਰਮ ਹੋ ਜਾਣਾ ਫਿਲ ਅਤੇ ਇੱਥੇ ਤੁਸੀਂ ਡੇਟ ਵਗੈਰਾ ਲਿਖ ਕੇ ਸਾਈਨ ਵਗੈਰਾ ਕਰਕੇ ਅਤੇ ਜਿਹੜੀ ਵੈਬਸਾਈਟ ਹੈਗੀ ਉੱਪਰ ਉਹਦੇ 'ਤੇ ਸੈਂਡ ਕਰ ਦੇਣੀ ਹੈ ਯਾਨੀ ਕਿ ਰੋਮਾ ਦੀ ਵੈਬਸਾਈਟ ਜਿਹੜੀ ਹੈ ਤੁਹਾਡੇ ਕਮੂਨੇ ਦੇ ਅਕੋਰਡਿੰਗ ਆਪਣਾ ਕਮੂਨੇ ਦੇ ਅਕੋਰਡਿੰਗ ਜਿਹੜਾ ਔਨਲਾਈਨ ਤੁਸੀਂ ਚੈੱਕ ਕਰਨੀ ਹੈ ਜਿਹੜਾ ਕਮੂਨਾ ਹੈ ਤੁਹਾਡਾ ਰੋਮਾ ਦੇ ਵਿੱਚ ਕਿਉਂਕਿ ਰੋਮਾ ਕੈਪੀਟਲ ਹੈ ਬਹੁਤ ਵੱਡਾ ਅਤੇ ਉਹਦੇ ਵਿੱਚ ਕਈ ਕਮੂਨੇ ਆਉਣਗੇ ਜਿਹੜਾ ਤੁਹਾਡਾ ਕਮੂਨਾ ਹੋਵੇਗਾ ਉਹਦੇ ਵਿੱਚ ਤੁਸੀਂ ਅਪਲਾਈ ਕਰਨਾ ਉਹਦੇ ਵਿੱਚ ਤੁਸੀਂ ਯਾਨੀ ਕਿ ਸੈਂਡ ਕਰਨੀ ਔਨਲਾਈਨ ਇਹ ਦਰਖਾਸਤ ਮੁਕੰਮਲ ਲਿਖ ਕੇ ਕੰਪਲੀਟ ਕਰਕੇ ਅਤੇ ਬਾਕੀ ਇਹਦੇ ਤੋਂ ਇਲਾਵਾ ਜੇ
ਤੁਹਾਨੂੰ ਕੋਈ ਚੀਜ਼ ਮੁਸ਼ਕਲ ਲੱਗੇ ਤਾਂ ਤੁਸੀਂ ਘੁੰਮਣ ਵਾਲਿਆਂ ਕੋਲੋਂ ਹੈਲਪ ਲੈ ਸਕਦੇ ਹੋ, ਜੇ ਤੁਹਾਡਾ ਫੋਲੀਓ ਕੋਈ ਥੋੜ੍ਹਾ ਡਿਫਰੈਂਟ ਟਾਈਪ ਦਾ ਹੁੰਦਾ ਤੁਸੀਂ ਘੁੰਮਣ ਵਾਲਿਆਂ ਨੂੰ ਕਾਲ ਕਰ ਸਕਦੇ ਹੋ, ਘੁੰਮਣ ਵਾਲੇ ਤਾਂ ਆਪ ਵੀ ਤੁਹਾਨੂੰ ਕਾਲ ਕਰਨਗੇ ਔਰ ਹੈਲਪ ਲਈ ਔਰ ਹੈਲਪ ਵੀ ਕਰਨਗੇ, ਕੁਝ ਘੁੰਮਣ ਵਾਲੇ ਅੱਛੇ ਹੁੰਦੇ ਨੇ ਉਹ ਬੁਲਾ ਵੀ ਲਿਆਉਣਗੇ ਤੁਹਾਨੂੰ, ਅਤੇ ਸਾਰੇ ਨਹੀਂ ਬੁਲਾਉਂਦੇ ਹੈ ਵੀ, ਕਿਉਂਕਿ ਫਿਲਹਾਲ ਇਹ ਦਮਾਂਦਾ ਔਨਲਾਈਨ ਹੀ ਕਰਨਾ ਹੈ। ਲੇਕਿਨ ਤੁਸੀਂ ਜੇ ਕੋਈ ਤੁਹਾਡਾ ਬੰਦਾ ਮਾੜਾ ਮੋਟਾ ਜਾਣਨ ਵਾਲਾ ਹੋਵੇ, ਲੈਂਗੁਏਜ ਵਗੈਰਾ ਜਾਣਦਾ ਹੋਵੇ, ਤਾਂ ਉਹਦੇ ਕੋਲੋਂ ਫਿਲ ਕਰਾ ਸਕਦੇ ਹੋ, ਕਮੂਨੇ ਵਾਲਿਆਂ ਕੋਲੋਂ ਹੈਲਪ ਲੈ ਸਕਦੇ ਹੋ। ਅਤੇ ਬਾਕੀ ਇਹ ਵੀਡੀਓ ਹੈ, ਇਹਦੇ ਤੋਂ ਹੈਲਪ ਲੈ ਸਕਦੇ ਹੋ, ਅਤੇ ਫਿਲ ਕਰੋ, ਅਪਲਾਈ ਕਰੋ, ਅਤੇ ਵੇਟ ਕਰੋ ਫਿਰ ਕਿ ਬੋਨੀ ਜਿਹੜੀ ਹੈ, ਜਿਹੜਾ ਤੁਸੀਂ ਐਡਰੈਸ ਦਿੱਤਿਆ ਹੋਵੇਗਾ ਇੱਥੇ, ਉਹਦੇ 'ਤੇ ਤੁਹਾਡੇ ਐਡਰੈਸ 'ਤੇ ਕਾਰ ਆ ਸਕਦੀ ਹੈ, ਜਾਂ ਫਿਰ ਡਿਪੈਂਡ ਕਰਦਾ ਕਮੂਨੇ ਕਮੂਨੇ 'ਤੇ ਵੀ, ਇਹ ਕਮੂਨੇ ਦੀ ਰੋਮ ਆਵੇ, ਉਹਨਾਂ ਨੇ ਕਿਹਾ ਘਰ ਆ ਸਕਦੀ ਹੈ, ਦੂਜੇ ਕਮੂਨੇ ਦਾ ਆਪਣਾ ਹਿਸਾਬ ਕਿਤਾਬ ਹੋ ਸਕਦਾ। ਉਹਦੇ ਤੋਂ ਇਲਾਵਾ ਹਰ ਕਮੂਨੇ ਦੀ ਇੱਕ ਲਿਮਿਟ ਹੋਵੇਗੀ, ਕਿ ਜਿਵੇਂ ਕਮੂਨੇ ਦੀ ਜੇਨ ਹੋਵੇ ਉਹਦੇ ਵਿੱਚ ਤੁਸੀਂ ਦਮਾਂਦਾ ਪ੍ਰੈਜੈਂਟ ਕਰਨਾ 6 ਅਪ੍ਰੈਲ ਤੋਂ ਪਹਿਲੇ ਪਹਿਲੇ। ਹੁਣ ਜਿਹੜਾ ਕਮੂਨੇ ਦੀ ਰੋਮ ਹੈ, ਕਿਉਂਕਿ ਰੋਮਾ ਬਹੁਤ ਵੱਡਾ ਹੈ, ਇਹਦੇ ਵਿੱਚ ਤੁਸੀਂ 16 ਅਪ੍ਰੈਲ ਤੋਂ ਪਹਿਲੇ ਪਹਿਲੇ ਦਮਾਂਦਾ ਪ੍ਰੈਜੈਂਟ ਕਰਨਾ ਬੋਨੀਆ ਦਾ, ਇਸ ਕਰਕੇ ਤੁਸੀਂ ਆਪਣੇ ਆਪਣੇ ਕਮੂਨੇ ਦੀ ਓਫਿਸ਼ੀਅਲ ਵੈਬਸਾਈਟ 'ਤੇ ਜਾਓ ਔਰ ਦੇਖੋ ਕਿ ਕਿਹੜੀ ਆਖਰੀ ਡੇਟ ਤੱਕ ਤੁਸੀਂ ਦਮਾਂਦਾ ਪ੍ਰੈਜੈਂਟ ਕਰ ਸਕਦੇ ਹੋ, ਉਹਦੇ ਤੋਂ ਪਹਿਲੇ ਪਹਿਲੇ ਤੁਹਾਡਾ ਦਮਾਂਦਾ ਹੋ ਜਾਣਾ ਚਾਹੀਦਾ। ਉਮੀਦ ਹੈ ਵੀਡੀਓ ਹੈਲਪਫੁਲ ਹੋਵੇਗੀ, ਅਤੇ ਮਿਲੇਗੀ ਅਗਲੀ ਵੀਡੀਓ ਵਿੱਚ। ਰੱਬ ਰੱਖਾ।